ਜੀ ਤਾਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਾਂ ਸਵਾਗਤ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਅੰਦਰ। ਤਾਂ ਅੱਜ ਸਿਆਲ ਆ ਚੁੱਕਿਆ ਪੂਰਾ, ਮੀਂਹ ਮੂੰਹ ਵਾਲਾ ਕੰਮ ਮਾਹੌਲ ਬਣਿਆ ਹੋਇਆ। ਦੇਖੋ ਬੱਦਲ ਬਾਈ, ਦੇਖੋ ਆ ਚੁੱਕਿਆ ਤੇ ਠੰਡ ਬਹੁਤ ਆ। ਤੁਹਾਨੂੰ ਪਤਾ ਕਰ ਬਾਹਰ ਅਸੀਂ ਦਿਖਾਉਣੇ ਫਿਰ ਅਸੀਂ ਚੀਜ਼ ਬਣਾਈ ਨੇ ਠੰਡ ਵਾਸਤੇ, ਤੁਹਾਨੂੰ ਪਤਾ ਹੀ ਹੁੰਦਾ ਵੈਸੇ ਪੰਜਾਬ ਚ ਹਰ ਕੋਈ ਖਾਂਦਾ ਹੀ ਆ ਪੰਜੀਰੀ। ਅੱਜ ਬਣਾਵਾਂਗੇ ਅਸੀਂ ਆਹ ਸਾਡਾ ਮੇਰਾ ਬੇਲੀ। ਹਾਏ ਗਾਇਸ, ਕੁਝ ਬੋਲਣਾ ਚਾਹੋਗੇ ਬਾਈ ਜੀ? ਤੇ ਕੱਪੜੇ 'ਚ ਬਾਹਰ ਹੋਇਆ ਕਰਦਾ ਮੇਰਾ ਭਰਾ। ਅਤੇ ਆਹ ਬਈ ਪੰਜੀਰੀ ਵਾਸਤੇ ਸਮਾਨ ਸਮੂਨ ਲਿਆ ਬਣਾ ਰੱਖਿਆ ਗਿਆ ਪਹਿਲਾਂ ਹੀ, ਅਤੇ ਸਮਾਨ ਬਣਾ ਰੱਖਿਆ ਪਹਿਲਾਂ ਹੀ। ਮੰਮੀ ਮੇਰੀ ਇੱਥੇ ਕੜਾਹੀ ਸਾਫ ਕਰ ਰਹੀ ਹੈ, ਵੇਖ ਦੋਸਤੋ ਆਪਾਂ ਸਾਰਾ ਸੈਟਅਪ ਕਰ ਰੱਖਿਆ ਤੇ ਆ ਸਾਰੇ ਇੱਥੇ ਉਹ ਦਾਦੀ ਜੀ ਬੈਠੇ, ਆ ਮੇਰੀ ਮੰਮੀ, ਮੰਮੀ ਇੱਧਰ ਵੇਖੀ ਮਾਰਾਂਗਾ ਉੱਥੇ ਘਿਓ ਪਾਈ ਜਾਂਦੀ ਤੇ ਆਹ ਓਏ ਇੰਨਾ ਕੰਮ ਮਾਨ ਸਾਂਗ ਕਰਨਗੇ, ਆ ਵੇਖੀ ਆ ਕੀ ਕਰੀ ਕਰਨਾ ਹੀ ਪੈਣਾ। ਆ ਕੀ ਜੀ ਅੱਛਾ ਇਹ ਗੂੰਦਾ ਦੇਖੋ, ਇਹ ਵਿੱਚ ਘਿਓ ਦੇ ਵਿੱਚ ਤਲਦੀਆਂ ਤਲਦੀਆਂ ਹੈ ਹੈਨਾ, ਤੇ ਹੋਰ ਕੀ ਕੁਛ ਪਾਇਆ, ਆਹ ਕੀ ਕੁਛ ਆ, ਆਹ ਕੀ ਕੁਛ ਆ ਮੰਮੀ, ਸਮਾਨ ਤਾਂ ਬੜਾ ਕੁਛ ਪਾਇਆ ਛੱਡੋ ਕੋਈ ਨੀ, ਕੜਾਹੀ ਵੀ ਏਡੀ ਵੱਡੀ ਹੈ, ਸੈਟਅਪ ਸਾਰਾ ਪੂਰਾ। ਅੱਛਾ ਤੇ ਉਹ ਭਾਈ ਆਹ ਆਇਆ ਗਿਆਨੀ ਮੇਰਾ ਛੋਟਾ ਭਾਈ, ਤੇ ਆਹ ਮੇਰਾ ਦੋਸਤ ਆ ਬਹੁਤ ਹੀ ਵਧੀਆ ਖਾਸਮ ਖਾਸ, ਪਹਿਲਾਂ ਤੁਸੀਂ ਮਿਲ ਚੁੱਕੇ ਹੋ ਕਿਉਂਕਿ ਇਹਨੇ ਪਹਿਲਾਂ ਸਤਿ ਸ਼੍ਰੀ ਅਕਾਲ ਕਹਿਤੀ ਸੀ ਪਹਿਲਾਂ। ਕੋਈ ਨੀ ਫਿਰ ਬਣਾ ਲਾਂਗੇ ਕਿਉਂ ਗੱਲ ਕੋਈ ਕੁਛ ਬਣ ਗਿਆ ਬਈ ਕੀ ਪਾਇਆ ਵਿੱਚ ਆਟਾ, ਇਹਨੂੰ ਆਟੇ ਨੂੰ ਹੁਣ ਭੁੰਨਣਾ ਗਾ ਕਿੰਨਾ ਟਾਈਮ
ਅਸੀਂ ਕੰਮ ਜਾ ਕੇ ਆਏ ਸੀਗੇ ਇੰਨੇ ਦੇਰ ਚ ਜਦੋਂ ਜਦੋਂ ਮੁੜੇ ਉਦੋਂ ਨੂੰ ਪੰਜੀਰ ਦਾ ਪੂਰਾ ਸਿਸਟਮ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ ਜੁਗੂ ਤਾਂ ਬੜੀ ਘੈਂਟ ਆਉਣ ਲਈ ਹੈ ਮੈਂ ਤਾਂ ਚਲੋ ਬਣੂਗੀ ਤਾਂ ਫਿਰ ਅਗਰ ਅਸੀਂ ਕੋਈ ਹੋਰ ਸਾਥੀ ਵੀ ਨਹੀਂ ਕਰ ਲਾਂਗੇ ਤਾਂ ਪਰ ਇਹ ਆਉਣ ਸਾਰ ਸਾਨੂੰ ਪਤਾ ਲੱਗਿਆ ਕਿ ਤਾਂ ਬਣੇਗੀ ਸਾਰੀ ਹੁਣ ਥੱਲੇ ਉੱਤਰ ਗਈ ਐਸੇ ਬਸ ਚਲੋ ਬਈ ਬੰਦ ਕਰਦੇ ਬਸ।